ਐਤਵਾਰ ਵਾਲੇ ਦਿਨ ਸਿੱਧੂ ਮੂਸੇਵਾਲਾ ਦਾ ਜਿਹੜਾ ਕਤਲ ਹੁੰਦਾ ਹੈ ਤੇ ਉਹਦੇ ਜਿਹੜੇ ਦੋ ਸਾਥੀ ਨੇ ਉਹਨਾਂ ਨੂੰ ਡੀਐਮਸੀ ਦੇ ਵਿੱਚ ਭਾਰਤੀ ਕਰਵਾਇਆ ਜਾਂਦਾ ਜਿਸ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਨੇ ਇੱਕ ਵੱਡਾ ਐਲਾਨ ਕੀਤਾ ਕਿ ਜਿਹੜਾ ਉਹਨਾਂ ਦਾ ਖਰਚਾ ਪੰਜਾਬ ਸਰਕਾਰ ਚ 77 ਬਾਰੇ ਤਾਂ ਇਹਨਾਂ ਦੇ ਖੁਫੀਆ ਤੰਤਰ ਨੇ ਰਿਪੋਰਟ ਦਿੱਤੀ ਕਿ ਤੁਸੀਂ ਨਹੀਂ ਜਾਣਾ ਉੱਥੇ ਵਿਰੋਧ ਹੋਵੇ ਕਿ 17 ਦਿਨਾਂ ਦੇ ਵਿੱਚ ਐਡੀ ਕਿਹੜੀ ਗੱਲ ਆ ਗਈ ਜਿਹਦੇ ਕਰਕੇ ਉਹ ਵਿਰੋਧ ਕਰਨਗੇ ਇਹਦਾ ਮਤਲਬ ਆ ਵੀ ਪੀੜੀ ਥਲੇ ਸੁੱਟਾ ਫਿਰੋ ਦੋ ਬੰਦੇ ਉਹ ਨਹੀਂ ਜਿਹੜੇ ਮੌਕੇ ਦੇ ਚਾਸ਼ਮਦੀਦ ਗਵਾਹ ਨੇ ਜੀ ਇਹਨਾਂ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ। ਜੀ। ਇਸ ਕੇਸ ਨੂੰ ਕਿਸੇ ਲੌਜਿਕ ਐਂਡ ਤੱਕ ਪਹੁੰਚਾਉਣ ਵਾਸਤੇ ਇਹਨਾਂ ਦੀ ਭੂਮਿਕਾ ਬਹੁਤ ਭਾਰੂ ਰਹੂਗੀ। ਮੂਸੇ ਵਾਲਾ ਪਰਿਵਾਰ ਹੈ। ਜੀ। ਜੋ ਬੰਦਾ ਆਪਦੀ 40 ਕਰੋੜ ਦੀ ਜਾਇਦ ਦਾ ਬੇਰਬਾ ਆਪਣੇ ਐਫੀਡੇਵਿਟ ਦੇ ਵਿੱਚ ਦਰਜ ਕਰਦਾ ਹੈ ਤੇ 80 ਕਿੱਲੇ ਦੇ ਕਰੀਬ ਜ਼ਮੀਨ ਹੈ। ਉਹਨਾਂ ਨੂੰ ਕਿਸੇ ਸਰਕਾਰ ਦੀ ਮਦਦ ਦੀ ਜ਼ਰੂਰਤ ਨਹੀਂ। ਜੀ। ਕੱਲ ਹੀ ਪੁਲਿਸ ਮੈਕਮੇ ਦੇ ਵਿੱਚ ਦੋ ਅਧਿਕਾਰੀਆਂ ਦੀ ਅਦਲਾ ਬਦਲੀ ਕੀਤੀ ਹੈ। ਵਿਜੀਲੈਂਸ ਦੇ ਵਿੱਚ ਉਹ ਕੰਮ ਨਹੀਂ ਹੋ ਰਿਹਾ ਜੋ ਹੋਣਾ ਚਾਹੀਦਾ ਸੀ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਲਮਾਨ ਖਾਨ ਦੀ ਜਿਹੜੀ ਸੁਰੱਖਿਆ ਹੈ ਉਹ ਵੀ ਵਧਾ ਦਿੱਤੀ ਗਈ ਹੈ। ਸਲਮਾਨ ਖਾਨ ਬਾਰੇ ਵੀ ਕਿਹਾ ਗਿਆ ਕਿ ਇੱਕ ਗੈਂਗਸਟਰ ਨੇ ਉਹਨੂੰ ਧਮਕੀ ਦਿੱਤੀ ਸੀ, ਉਹਦਾ ਨਾਂ ਹੈ ਲੌਰੰਸ ਬਿਸ਼ਨੋਈ। ਸਿੱਧੂ ਮੂਸੇਵਾਲਾ ਨੂੰ ਧਮਕੀ ਆਈ ਸੀ ਇਸ ਗਰੁੱਪ ਦੀ। ਤੇ ਉਹਦੀ ਸੁਰੱਖਿਆ ਘਟਾ ਦਿੱਤੀ ਗਈ ਪਤਾ ਲੱਗਿਆ ਕਿ ਪਹਿਲਾਂ ਵੀ ਅਟੈਂਪਟ ਕਰਨ ਦਾ ਯਤਨ ਕੀਤਾ ਗਿਆ ਕੋਸ਼ਿਸ਼ ਕੀਤੀ ਗਈ ਉਦੋਂ ਉਹਦੇ ਨਾਲ ਏਕੇ 47 ਵਾਲੇ ਅੰਗਰੱਖਕ ਦੇਖ ਕੇ ਉਹਨਾਂ ਦਾ ਹਿਆ ਨਹੀਂ ਪਿਆ ਕਿ ਕਿਸੇ ਨੇ ਜਸੂਸੀ ਕਰਕੇ ਦੱਸਿਆ ਕਿ ਮੁੱਸੇਵਾਲਾ ਘਰੋਂ ਨਿਕਲ ਪਿਆ ਪਹਿਲਾਂ ਲੋਕਾਂ ਤੋਂ ਜਵਾਬ ਮੰਗਦਾ ਹੁੰਦਾ ਸੀ ਹੁਣ 75 ਦਿਨਾਂ ਦੇ ਵਿੱਚ ਉਹਨੂੰ ਪਤਾ ਲੱਗ ਗਿਆ ਕਿ ਜਵਾਬ ਦੇਨੇ ਵੀ ਪੈਂਦੇ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖਵੀਰ ਸਿੰਘ ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਲੈ ਕੇ ਹਾਜ਼ਰਾਂ ਜਿਸ ਦੇ ਵਿੱਚ ਅਸੀਂ ਵੱਖੋ-ਵੱਖਰੀਆਂ ਖਬਰਾਂ ਤੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਸਾਡੇ ਨਾਲ ਨੇ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢੱਲੋਆ ਉਹਨਾਂ ਦਾ ਸਵਾਗਤ ਕਰ ਲਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭੰਗੋ ਸਾਹਿਬ ਜੇਕਰ ਗੱਲ ਕੀਤੀ ਜਾਵੇ ਖਬਰਾਂ ਦੀ ਤਾਂ ਐਤਵਾਰ ਵਾਲੇ ਦਿਨ ਸਿੱਧੂ ਮੂਸੇਵਾਲਾ ਦਾ ਜਿਹੜਾ ਕਤਲ ਹੁੰਦਾ ਹੈ ਤੇ ਉਹਦੇ ਜਿਹੜੇ ਦੋ ਸਾਥੀ ਨੇ ਉਹਨਾਂ ਨੂੰ DMC ਦੇ ਵਿੱਚ ਭਾਰਤੀ ਕਰਵਾਇਆ ਜਾਂਦਾ ਜਿਸ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਨੇ ਇੱਕ ਵੱਡਾ ਐਲਾਨ ਕੀਤਾ ਕਿ ਜਿਹੜਾ ਉਹਨਾਂ ਦਾ ਖਰ ਪੰਜਾਬ ਸਰਕਾਰ ਚੱਕੀ ਗਈ ਜੀ ਉਹਦੇ ਬਾਰੇ ਕੀ ਕਹਣਾ ਇੱਕ ਕਹਾਵਤ ਹੈ ਕਿ ਬੇਲੇ ਦੇ ਰਾਹ ਕਵੇਲੇ ਦੀਆਂ ਟੱਕਰਾਂ ਤੇ ਬਖਤੋ ਖੁੰਜੀ ਢੂਮਣੀ ਗਾਵੇ ਆਲ ਪਤਾਲ ਤੇ ਇਹ ਸਾਰਾ ਕੁਝ ਜੇ ਕਿਤੇ ਜਦੋਂ ਇਹ ਘਟਨਾ ਵਾਪਰੀ ਆ ਉਹ ਗਏ ਨੇ ਪਹਿਲੇ ਦਿਨੀ ਕਹਿ ਦਿੱਤਾ ਜਾਂਦਾ ਉਹ ਇਹ ਕਿਹਾ ਕੀ ਨਹੀਂ ਹੈ ਇਹ ਕਿਹਾ ਜਿਹੜੇ ਐਮਐਲਏ ਨੇ ਮੌੜ ਮੰਡੀ ਦੇ ਗੁਰਪ੍ਰੀਤ ਸਿੰਘ ਬਣਾਵਾਲੀ ਤੇ ਕਹਿੰਦੇ ਮੁੱਖ ਮੰਤਰੀ ਬਾਰੇ ਤਾਂ ਇਹਨਾਂ ਦੇ ਖੁਫੀਆ ਤੰਤਰ ਨੇ ਰਿਪੋਰਟ ਦਿੱਤੀ ਕਿ ਤੁਸੀਂ ਨਹੀਂ ਜਾਣਾ ਉੱਥੇ ਵਿਰੋਧ ਹੋਵੇਗਾ ਵਿਰੋਧ ਕੌਣ ਕਰਨਗੇ ਜਿਨ੍ਹਾਂ ਨੇ ਉਹ ਸੀਟ ਦੇ ਉੱਤੇ ਮਾਨਸਾ ਤੇ 63000 ਤੇ ਇਹਨਾਂ ਦਾ ਡਾਕਟਰ ਵਿਜੇ ਸਿੰਘ ਨਾਲ ਜਿਤਾ ਕੇ ਭੇਜਿਆ ਸੀ ਉਹ ਕਿਉਂ ਕਰਨਗੇ ਵਿਰੋਧ 17 ਦਿਨਾਂ ਦੇ ਵਿੱਚ ਐਡੀ ਕਿਹੜੀ ਗੱਲ ਆ ਗਈ ਜਿਹਦੇ ਕਰਕੇ ਉਹ ਵਿਰੋਧ ਕਰਨਗੇ ਇਹਦਾ ਮਤਲਬ ਆਪ ਦੀ ਪੀੜ੍ਹੀ ਥਲੇ ਸੁੱਟਾ ਫਿਰੋ ਕਿ ਤੁਸੀਂ ਲੋਕ ਭਾਵਨਾਵਾਂ ਤੇ ਖਰੇ ਉਤਰ ਨਹੀਂ ਸਕੇ ਜਿਹਦੇ ਕਰਕੇ ਲੋਕਾਂ ਨੂੰ ਤੁਹਾਡੀ ਵਿਰੋਧਤਾ ਕਰਨੀ ਪੈਗੀ ਹੈ ਗਲਤ ਹੈ ਨਹੀਂ ਹੈ ਸੋ ਇਸ ਸਥਿਤੀ ਦੇ ਵਿੱਚ ਸੁਖਵੀਰ ਜੀ ਉਹ ਕਹਿੰਦੇ ਕਿ ਉਹਦਾ ਜਿਹੜੇ ਦੋ ਬੰਦੇ ਉਹ ਨਾਲ ਨੇ ਇੱਕ ਦਨੋ ਸ਼ਾਇਦ ਗੁਰਪ੍ਰੀਤ ਹੈ ਇੱਕ ਦਨ ਉਹ ਗੁਰਮੀਤ ਹੈ ਜੇ ਮੈਂ ਜੇ ਗਲਤ ਨਾ ਹੋਵਾਂ ਗੁਰਮਿੰਦਰ ਜੀ ਗੁਰਵਿੰਦਰ ਪੰਗੂ ਇਹ ਦੋ ਬੰਦੇ ਉਹ ਨੇ ਜਿਹੜੇ ਮੌਕੇ ਦੇ ਚਸ਼ਮਦੀਦ ਗਵਾਹ ਨੇ ਜੀ ਇਹਨਾਂ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ ਜੀ ਇਸ ਕੇਸ ਨੂੰ ਕਿਸੇ ਲੌਜਿਕ ਐਂਡ ਤੱਕ ਪਹੁੰਚਾਉਣ ਵਾਸਤੇ ਇਹਨਾਂ ਦੀ ਭੂਮਿਕਾ ਬਹੁਤ ਭਾਰੂ ਰਹੂਗੀ ਜੀ ਇਨਾਂ ਦਾ ਆਖਰ ਤੱਕ ਜਦ ਤੱਕ ਇਹਨਾਂ ਦੇ ਬਿਆਨ ਅਦਾਲਤ ਵਿੱਚ ਨਹੀਂ ਹੁੰਦੇ ਉਹ ਤੱਕ ਖੜੇ ਰਹਿਣਾ ਬਹੁਤ ਜ਼ਰੂਰੀ ਹੈ ਜੀ ਜਿਉ ਬੰਦੇ ਇਸ ਕਾਬਲ ਨੇ ਤਾਂ ਪੁਲਿਸ ਦੇ ਮਾਨਯੋਗ ਜੱਜ ਸਾਹਿਬ ਉੱਥੇ ਜਾ ਕੇ 161 ਕੇ 164 ਦੇ ਬਿਆਨ ਲਿਖ ਲੈਂਦੇ ਨੇ ਜੀ ਕਿ ਜੱਜ ਦੀ ਹਾਜ਼ਰੀ ਦੇ ਵਿੱਚ ਇਹ ਬਿਆਨ ਇਹਨਾਂ ਨੇ ਦਿੱਤੇ ਨੇ ਉਹਨਾਂ ਦੀ ਬਹੁਤ ਵੱਡੀ ਅਹਿਮੀਅਤ ਹੁੰਦੀ ਹੈ ਕਿਸੇ ਕੇਸ ਨੂੰ ਸਿਰੇ ਲਾਉਣ ਵਾਸਤੇ ਜੀ ਹੁਣ ਜਿਹੜੀ ਸਥਿਤੀ ਤੁਸੀਂ ਇੱਥੇ ਇਹ ਦੇਖ ਰਹੇ ਹੋ ਸਰਕਾਰ ਕਹਿੰਦੀ ਕਿ ਉਹਨਾਂ ਦਾ ਸਾਰਾ ਖਰਚਾ ਜਿਹੜਾ ਹੈਗਾ ਉਹ ਸਰਕਾਰ ਚੱਕੂਗੀ ਐਮਐਲਏ ਗੁਰਪ੍ਰੀਤ ਬਰਾਵਾਲੀ ਕਹਿੰਦੇ ਨੇ ਵੀ ਮੇਰਾ ਤਾਂ ਪਹਿਲਾਂ ਵੀ ਇਸ ਪਰਿਵਾਰ ਨਾਲ ਠੀਕ ਹੈ ਉਸ ਇਲਾਕੇ ਦੇ ਰਹਿਣ ਵਾਲੇ ਨੇ ਉਹਨਾਂ ਦਾ ਤਲਕਤ ਹੋਵੇਗਾ ਤੇ ਉਹਨਾਂ ਨੇ ਕਾਫੀ ਇਹਦੇ 'ਚ ਕੰਮ ਕੀਤਾ ਹੋਵੇਗਾ ਮੈਂ ਜਿਹੜੀ ਗੱਲ ਕਹਿ ਰਿਹਾ ਉਹ ਗੱਲ ਨੂੰ ਇਹ ਕਹਿ ਰਹੇ ਹਾਂ ਕਿ ਜਿਹੜਾ ਮੂਸੇ ਵਾਲਾ ਪਰਿਵਾਰ ਹੈ ਜੀ ਜੇ ਉਹ ਬੰਦਾ ਆਪਣੀ 40 ਕਰੋੜ ਦੀ ਜਾਇਦ ਦਾ ਦਾ ਬੇਰਬਾ ਆਪਣੇ ਐਫੀਡੇਵਿਟ ਦੇ ਵਿੱਚ ਦਰਜ ਕਰਦਾ ਹੈ ਜੀ ਤੇ 80 ਕਿੱਲੇ ਦੇ ਕਰੀਬ ਜ਼ਮੀਨ ਹੈ ਉਹਨਾਂ ਨੂੰ ਕਿਸੇ ਸਰਕਾਰ ਦੀ ਮਦਦ ਦੀ ਜ਼ਰੂਰਤ ਨਹੀਂ ਜੀ ਉਹਨਾਂ ਦੇ ਪੁੱਤਰ ਨੂੰ ਬਚਾਉਣ ਨੂੰ ਦੇ ਕਾਤਲਾਂ ਨੂੰ ਸਜ਼ਾ ਤੱਕ ਪਹੁੰਚਾਉਣ ਲਈ ਉਹਨਾਂ ਦੀ ਭੂਮਿਕਾ ਹੈ ਤੇ ਅੱਜ ਦੀ ਜਿਹੜੀ ਸਥਿਤੀ ਹੈ ਇਹ ਆਪ ਕਰ ਸਕਦੇ ਆ ਉਹ ਜੀ ਤੇ ਲੋਕਾਂ ਨੇ ਕਰ ਦੇਣੀ ਐ ਜੀ ਇਹ ਮਾਨ ਸਾਹਿਬ ਦੀ ਸਰਕਾਰ ਖੁੰਝ ਗਈ ਹੁਣ ਤੁਸੀਂ ਜੋ ਮਰਜ਼ੀ ਕਰ ਦਿਓ ਜਿੰਨਾ ਮਰਜ਼ੀ ਕਰ ਦਿਓ ਪਰ ਸਮੇਂ ਤੋਂ ਖੁੰਝ ਗਿਓ ਬੇਲੇ ਦੇ ਰਾਗ ਕਵੇਲੇ ਦੀਆਂ ਟੱਕਰਾਂ ਉਹ ਆਲਪ ਤਾਲ ਨਾगाव ਠੀਕ ਹੈ ਬਣਾ ਵਾਲੀ ਸਭ ਕਹਿ ਕੇ ਆਏ ਨੇ ਸਰਕਾਰੀ ਤੌਰ ਦੇ ਉੱਤੇ ਵਿਧਾਇਕ ਨੇ ਨਮਾਇंदे ਨੇ ਜੇ ਉਹਨਾਂ ਨੇ ਕਿਹਾ ਹੈ ਉਨ੍ਹਾਂ ਦੇ ਇਸ ਕਦਮ ਦਾ ਅਸੀਂ ਸਵਾਗਤ ਜ਼ਰੂਰ ਕਰਾਂਗੇ ਜੀ ਜੇਕਰ ਗੱਲ ਕੀਤੀ ਜਾਵੇ ਸੰਗਰੂਰ ਜਿਮਨੀ ਚੌਂ ਦੀ ਕਿਹਾ ਜਾ ਰਿਹਾ ਕਿ ਸੰਗਰੂਰ ਜਿਮਨੀ ਚੌਂ ਨੂੰ ਲੈ ਕੇ ਜਿਹੜੀ ਸਿਕਿਉਰਿਟੀ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਸੁਰੱਖਿਆ ਜਿਹੜੀ ਉਹ ਵਧਾ ਦਿੱਤੀ ਗਈ ਹੈ ਤੇ ਥਾਂ-ਥਾਂ ਤੇ ਨਾਕੇਬੰਦੀ ਕੀਤੀ ਜਾ ਰਹੀ ਹੈ ਸੁਖਵੀਰ ਇਹ ਜਿਹੜਾ ਤੁਸੀਂ ਗੱਲ ਕੀਤੀ ਹੈ ਕੱਲ ਹੀ ਪੁਲਿਸ ਮਹਿਕਮੇ ਦੇ ਵਿੱਚ ਦੋ ਅਧਿਕਾਰੀਆਂ ਦੀ ਅਦਲਾ ਬਦਲੀ ਕੀਤੀ ਹੈ ਜੀ ਇੱਕ ਜਿਹੜੇ ਬ੍ਰਿੰਦਰ ਕੁਮਾਰ ਨੇ ਉਹਨਾਂ ਨੂੰ ਚੌਕਸੀ ਪੁਲਿਸ ਵਿਜੀਲੈਂਸ ਪੁਲਿਸ ਦਾ ਏ ਡੀ ਜੀ ਪੀ ਮੁਖੀ ਲਾਤਾ ਡਾਇਰੈਕਟਰ ਲਾਤਾ ਉਸ ਜਗ੍ਹਾ ਦੇ ਉੱਤੇ ਪਹਿਲਾਂ ਸ਼੍ਰੀ ਈਸ਼ਵਰ ਸਿੰਘ ਸੀ ਈਸ਼ਵਰ ਸਿੰਘ ਸੇਵਾਮੁਕਤ ਡੀ ਜੀ ਪੀ ਦੇ ਨਜ਼ਦੀਕੀ ਰਿਸ਼ਤੇਦਾਰ ਨੇ ਔਰ ਈਸ਼ਵਰ ਸਿੰਘ ਤੇ ਇਹ ਗੱਲ ਵੀ ਜਾਂਦੀ ਹੈ ਕਿ ਬਹੁਤ ਇਮਾਨਦਾਰ ਮੰਨੇ ਜਾਂਦੇ ਨੇ ਉਹਨਾਂ ਦਾ ਤਜਰਬਾ ਵੀ ਹੈ ਉਹਨਾਂ ਨੂੰ ਲਾ ਐਂਡ ਆਰਡਰ ਅਮਨ ਕਾਨੂੰਨ ਚਲਾਤਾ ਪਹਿਲਾਂ ਇਹ ਖਬਰਾਂ ਪ੍ਰਕਾਸ਼ਤ ਹੋ ਗਈਆਂ ਕਿ ਬਿਜਲੀ ਲੈਣਸ ਦੇ ਵਿੱਚ ਉਹ ਕੰਮ ਨਹੀਂ ਹੋ ਰਿਹਾ ਜੋ ਹੋਣਾ ਚਾਹੀਦਾ ਸੀ ਇਹਦਾ ਮਤਲਬ ਇਹ ਹੋਇਆ ਕਿ ਉਹਨਾਂ ਨੂੰ ਇਹ ਖਬਰਾਂ ਜਦੋਂ ਲੱਗਦੀਆਂ ਨੇ ਤਾਂ ਬਿਜ਼ਨਸ ਦੀ ਕਾਰਗੁਜ਼ਾਰੀ ਤੇ ਸਵਾਲ ਉੱਠਦੇ ਆ। ਪਤਾ ਨਹੀਂ ਇਹ ਕੌਣ ਉਠਾਉਂਦਾ ਹੈ? ਜਾਂ ਕੋਈ ਧੜੇਬੰਦੀ ਹੈ। ਉੱਥੇ ਐਲਕੇ ਜਾਦਵ ਸਾਹਿਬ ਵੀ ਨੇ। ਬਾਕੀ ਉਹਨਾਂ ਨੂੰ ਬਹੁਤ ਨਿੱਜੀ ਤੌਰ ਤੇ ਜਾਣਦਾ ਬਹੁਤ ਨੁਪੁੰ ਅਫਸਰ ਨੇ। ਬਹੁਤ ਨੁਪੁੰ। ਜਿੱਥੇ ਵੀ ਰਹੇ ਨੇ ਆਪਣੀ ਮਿਸਾਲ ਰਹੇ ਨੇ। ਤੇ ਈਸ਼ਵਰ ਸਿੰਘ ਤੇ ਉਹਨਾਂ ਦੀ ਬੰਦੀ ਵੀ ਬਹੁਤ ਸੀ। ਉਹਨਾਂ ਨੇ ਐਸਪੀ ਹੈੱਡਕੁਆਟਰ ਹੁੰਦੇ ਸੀ ਪਟਿਆਲੇ ਉਹਨਾਂ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਲੋਨ ਲੈ ਕੇ ਜਿਹੜੇ ਚੋਰੀਆਂ ਵਗੈਰਾ ਕਰਦੇ ਸੀ ਆਪਦੀ ਪੁਲਿਸ ਖਿੱਚੀ ਤੇ ਉਹਨਾਂ ਚੋਰੀਆਂ ਵਾਲਿਆਂ ਨੂੰ ਕੰਮ ਤੇ ਲਾਇਆ ਜੀ ਕੋਈ ਬਿਲਡਿੰਗ ਦੀ ਮਸ਼ੀਨ ਕਰੀ ਜਾਂਦਾ ਕੋਈ ਕੋਈ ਕੰਮ ਕਰਦਾ ਖੁਰਾਦ ਦਾ ਕੰਮ ਕਰਦਾ ਉਹਦਾ ਫਾਇਦਾ ਕੀ ਹੋਇਆ ਉਹ ਬੰਦੇ ਆਰੇ ਲਾ ਗਏ ਇਹ ਸੋਚ ਹੈ ਐਲਕੇ ਜਦਮ ਸਾਹਿਬ ਦੀ ਤੋ ਔਰ ਈਸ਼ਵਰ ਸਿੰਘ ਹੋਰਾਂ ਨੂੰ ਲਾ ਅਡਾ ਆਰਡਰ ਅਮਨ ਕਾਨੂੰਨ ਦੇ ਵਿੱਚ ਲਾਇਆ ਗਿਆ ਤੇ ਅਮਨ ਕਾਨੂੰਨ ਦੀ ਜੋ ਸਥਿਤੀ ਹੈ ਅੱਜ ਕੈਪਟਨ ਅਮਰਿੰਦਰ ਸਿੰਘ ਸਾਡੇ ਸਾਬਕਾ ਮੁੱਖ ਮੰਤਰੀ ਸਾਹਿਬ ਦਾ ਬਿਆਨ ਛਪਿਆ ਹੈ ਕਿ ਇਹਨਾਂ 75 ਦਿਨਾਂ ਦੇ ਵਿੱਚ 40 ਤੋਂ ਵੱਧ ਇੱਥੇ ਕਤਲ ਹੋ ਗਏ ਨੇ ਅਮਰਿੰਦਰ ਸਿੰਘ ਰਾਜਾ ਬੜੇ ਆਪਣੇ ਸਾਥੀਆਂ ਨਾਲ ਰਾਜਪਾਲ ਸਾਹਿਬ ਨੂੰ ਮਿਲ ਕੇ ਆਏ ਨੇ ਉਹ ਕਹਿੰਦੇ ਇਹ ਜੰਗਲ ਦਾ ਰਾਜ ਬਣਾ ਕੇ ਰੱਖਤਾ ਸ 75 ਦਿਨਾਂ 'ਚ ਦੇਖੋ ਜੇ ਫੇਲ ਹੋ ਰਹਾ ਉਹ ਹੋ ਰਹੀ ਹੈ ਮੇਰਾ ਖਿਆਲ ਅਜੇ ਤੱਕ ਰਾ ਪੰਜਾਬ ਦੇ ਮੁੱਖ ਮੰਤਰੀ ਦੀ ਇਹ ਜ਼ਰਤ ਨਹੀਂ ਪਈ ਕਿ ਇੱਕ ਸਰਪਾਰਟੀ ਮੀਟਿੰਗ ਹੀ ਬਿਲਾ ਲਈਏ ਸਾਰਿਆਂ ਨਾਲ رائے ਕਰ ਲਈਏ ਪੁਰਾਣਿਆਂ ਨਾਲ ਸਾਬਕਾ ਮੁੱਖ ਮੰਤਰੀ ਜਿੰਨੇ ਵੀ ਨੇ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰੀਆਂ ਦੇ ਹੋਣ ਕੈਪਟਨ ਅਮਰਿੰਦਰ ਸਿੰਘ ਦੋ ਵਾਰੀਆਂ ਦੇ ਹੋਣ ਬੀਬੀਰ ਜੰਦਰ ਕੌਰ ਪਠੱਲ ਚਰਜੀਤ ਸੁਚੰਨੀ ਇਹ ਸਾਰੇ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਇਹਨਾਂ ਨੂੰ ਬੁਲਾ ਲਿਆ ਜਾਵੇ ਕਿ ਆਪਾਂ ਆਵਰਲ ਕੇ ਤੁਸੀਂ ਸਾਨੂੰ ਸਹਿਯੋਗ ਦਿਓ ਤੇ ਸਾਨੂੰ ਦੱਸੋ ਵੀ ਸਾਡੀ ਕਮੀ ਕਿੱਥੇ ਹੈ ਤੇ ਜੇ ਕਿਸੇ ਨੇ ਕਮੀ ਪੁੱਛਣੀ ਨਹੀਂ ਨੇ ਕਮੀਆਂ ਸਲਾਹਾਂ ਦੇਣ ਵਾਲੇ ਤਾਂ ਹੋਰ ਬੈਠੇ ਨੇ ਜਿਨ੍ਹਾਂ ਦਾ ਪੰਜਾਬ ਨਾਲ ਤਾਲੁਕਤ ਕੋਈ ਨਹੀਂ ਇੱਕ ਕਦਮ ਚੱਲੂ ਕਿਵੇਂ ਇਸ ਕਰਕੇ ਮੈਂ ਜਿਹੜਾ ਇਹ ਸ਼੍ਰੀ ਈਸ਼ਵਰ ਸਿੰਘ ਨੇ ਉਮੀਦ ਰੱਖਦੇ ਆ ਕਿ ਉਹਨਾਂ ਨੂੰ ਅਮਨ ਕਾਨੂੰਨ ਦਾ ਮੁਖੀ ਬਣਾਇਆ ਗਿਆ ਤੇ ਇਸ ਆਸ ਰੱਖਦੇ ਆ ਕਿ ਅਗਲੇ ਦਿਨਾਂ ਦੇ ਵਿੱਚ ਉਹ ਸ਼ਾਇਦ ਕੋਈ ਸਖਤ ਕਦਮ ਲੈਣ ਜਿਸ ਦੇ ਨਾਲ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਕਿਸੇ ਲਾਈਨ ਤੇ ਚੜ ਸਕੇ ਜੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਲਮਾਨ ਖਾਨ ਦੀ ਜਿਹੜੀ ਸੁਰੱਖਿਆ ਹੈ ਉਹ ਵੀ ਵਧਾ ਦਿੱਤੀ ਗਈ ਹੈ ਜੀ ਸਲਮਾਨ ਖਾਨ ਬਾਰੇ ਵੀ ਕਿਹਾ ਗਿਆ ਕਿ ਇੱਕ ਗੈਂਗਸਟਰ ਨੇ ਉਹਨੂੰ ਧਮਕੀ ਦਿੱਤੀ ਸੀ ਉਹਦਾ ਨਾਂ ਹੈ ਲੌਰੰਸ ਬਿਸ਼ਨੋਈ ਇਹ ਜਿਹੜੇ ਬਿਸ਼ਨੋਈ ਵਰਗ ਹੈ ਨਾ ਜੀ ਇਹ ਭਾਈਚਾਰਾ ਜਿਹੜੀ ਇਹ ਨੀਲ ਗਾਏ ਹੈ ਜਿਹਨੂੰ ਪੰਜਾਬੀ ਚ ਆਪਾਂ ਰੋਜ ਕਹਿੰਦੇ ਆ ਜਾਂ ਹਿਰਨ ਹੈ ਇਹ ਨਹੀਂ ਕਤਲ ਹੋਣ ਦਿੰਦੇ ਕਿਤੇ ਵੀ ਉਹਦੇ ਪਿੱਛੇ ਇਹ ਬੰਦਾ ਮਾਰ ਦੇਣਗੇ ਕਹਿੰਦੇ ਆ ਕਿ ਪਤਾ ਨਹੀਂ ਇਹ ਤਾਂ ਪੁਲਿਸ ਦੱਸੇਗੀ ਕਿ ਉਹ ਗੱਲ ਸੱਚੀ ਹੈ ਜਾਂ ਨਹੀਂ ਸੱਚੀ ਪਰ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਖਬਰ ਨਿਕਲ ਕੇ ਆਈ ਹੈ ਕਿ ਲਾਰੈਂਸ ਬਿਸ਼ਨੋਈ ਗਰੁੱਪ ਨੇ ਉਹਨੂੰ ਧਮਕੀ ਦਿੱਤੀ ਸੀ ਜਿਹਦੇ ਕਰਕੇ ਉਹਨਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਤੇ ਫਿਰ ਜਦੋਂ ਸਿੱਧੂ ਮੂਸੇਵਾਲਾ ਨੂੰ ਧਮਕੀ ਆਈ ਸੀ ਇਸ ਗਰੁੱਪ ਦੀ ਤੇ ਉਹਦੀ ਸੁਰੱਖਿਆ ਘਟਾ ਦਿੱਤੀ ਗਈ। ਅੱਜ ਕਟਾਰੇ ਦੇ ਵਿੱਚ ਹੈ ਪੰਜਾਬ ਦੀ ਸਰਕਾਰ। ਜੇਕਰ ਇਸ ਮਾਮਲੇ ਨੂੰ ਲੈ ਕੇ ਕੋਈ ਹਾਈ ਕੋਰਟ ਜਾਂ ਅਟਰੀਮ ਕੋਰਟ ਚਲਿਆ ਗਿਆ। ਦੋ ਸਾਬਕਾ ਡਿਪਟੀ ਮੁੱਖ ਮੰਤਰੀ ਉਹਨਾਂ ਜੋ ਇੱਕ ਓਮ ਪ੍ਰਕਾਸ਼ ਸੋਨੀ, ਵੀਰ ਸਿੰਘ ਲੋਪੋ ਕੇ ਸੁਖਪਾਲ ਸਿੰਘ ਖਹਿਰਾ ਇਹ ਕਈ ਆਗੂਆਂ ਨੇ ਹਾਈ ਕੋਰਟ ਦਾ ਰੁਖ ਕੀਤਾ ਜਿਦੇ ਵਿੱਚ ਕੱਲ ਨੂੰ ਪੰਜਾਬ ਦੀ ਸਰਕਾਰ ਵੱਲੋਂ ਉਹਨਾਂ ਦੇ ਐਡਵੋਕੇਟ ਜਰਨਲ ਨੇ ਜਵਾਬ ਦੇਣਾ ਹੈ ਅਦਾਲਤ ਦੇ ਵਿੱਚ ਸੁਰੱਖਿਆ ਦੇ ਮਾਮਲੇ 'ਚ ਔਰ ਜੇ ਇਹ ਸੁਰੱਖਿਆ 'ਚ ਕਟਾਈ ਤਾਂ ਸਾਬਤ ਹੋ ਗਈ ਕਈ ਲੋਕ ਸਾਨੂੰ ਇਹ ਸਵਾਲ ਕਰ ਰਹੇ ਨੇ ਕਿ ਜਿਹੜੇ 2 ਗੰਮੈਨ ਰਹਿ ਗਏ ਸੀ ਉਹਨਾਂ ਨੂੰ ਨਾਲ ਉਹ ਕਿਉਂ ਨਹੀਂ ਲੈ ਕੇ ਗਿਆ ਤੇ ਆਪਣੇ ਬੁਲਟ ਪ੍ਰੂਫ ਗੱਡੀ ਵੀ ਨਹੀਂ ਲੈ ਕੇ ਗਿਆ ਕਿ ਇਸ ਗੱਲ ਤੱਕ ਤੁਸੀਂ ਪੁਗਵੰਤ ਮਾਨ ਦੇ ਨਾਂ ਤੇ ਮੜੀ ਜਾਂਦੇ ਹੋ ਉਹਨਾਂ ਦੀ ਆਪਦੀ ਗਲਤੀ ਵੀ ਸੀ ਜੋ ਉਹਨਾਂ ਦੇ ਨੇੜਲੇਾਂ ਦੇ ਹਵਾਲੇ ਨਾਲ ਖਬਰ ਆਈ ਉਹ ਕਹਿੰਦੇ ਆ ਕਿ ਉਹ ਮੁੰਡੇ ਕਹਿੰਦੇ ਵੀ ਜਿਆਦਾ ਡਿਊਟੀ ਕਰ ਬੈਠੇ ਸੀ ਤੇ ਉਹਨਾਂ ਨਾਲ ਰੋਟੀ ਰੋਟੀ ਖਾਣ ਲੱਗੇ ਸੀ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਹੈ ਪਰ ਸਰਕਾਰ ਉਹਦੀ ਸਿਕਿਉਰਿਟੀ ਨੂੰ ਘਟਾ ਦੇਣਾ ਜੇ ਬੰਦੇ ਉਹਦੇ ਕੋਲੇ 8 ਸੀ ਤਾਂ ਡੈਫੀਨੇਟ ਆ ਉਹ ਘਟੋ ਘਟੋ ਨਾਲ ਚੋ 4 ਨਾਲ ਲੈ ਕੇ ਜਾਂਦਾ ਪਤਾ ਲੱਗਿਆ ਕਿ ਪਹਿਲਾਂ ਵੀ ਅਟੈਂਪਟ ਕਰਨ ਦਾ ਯਤਨ ਕੀਤਾ ਗਿਆ ਕੋਸ਼ਿਸ਼ ਕੀਤੀ ਗਈ ਉਦੋਂ ਉਹਦੇ ਨਾਲ EK47 ਵਾਲੇ ਅੰਗਰੱਖਕ ਦੇਖ ਕੇ ਉਹਨਾਂ ਦਾ ਹਿਆ ਨਹੀਂ ਪਿਆ ਜਿੰਨੇ ਮੂੰਹ ਉਹਨੀਆਂ ਗੱਲਾਂ ਤੇ ਜਿਹਦੇ ਘਰ ਦਾ ਜੀ ਤੁਰ ਗਿਆ ਨੌਜਵਾਨ ਮੁੰਡਾ ਤੁਰ ਗਿਆ जिधे बरे ਪਏ ਤੇ ਸਿਰੇ ਬੰਨੇ ਗਏ ਮਾਂ ਵੱਲੋਂ ਉਹਨੇ ਜਉਂਦੇ ਜੀ ਸਿਰੇ ਬਣ ਕੇ ਵਿਆਹਣ ਜਾਣਾ ਸੀ ਕਦੇ ਉਹਦੇ ਬਾਰੇ ਵੀ ਸੋਚਿਆ ਕਰੋ ਗਲਤੀਆਂ ਹੋ ਜਾਂਦੀਆਂ ਨੇ ਪਰ ਜੇ ਉਹ ਗਲਤੀਆਂ ਨੂੰ ਸਵੀਕਾਰ ਲਿਆ ਜਾਵੇ ਕਿ ਹਾਂ ਇਹ ਗਲਤੀ ਹੋਈ ਹੈ ਪਹਿਲਾਂ ਤੁਸੀਂ ਸੁਰੱਖਿਆ ਘਟਾਉਂਦੇ ਹੋ ਤੇ ਅੱਜ 27 ਦੇ ਕਰੀਬ ਦੋ ਦਰਜਨ ਤੋਂ ਵੱਧ ਸੈਲੀਬ੍ਰਿਟੀਆ ਨੂੰ ਦੁਬਾਰਾ ਦੇਤੀ ਇਹ ਇਹ ਦੁਬਾਰਾ ਕਿਉਂ ਚੱਕਿਆ ਥੁੱਕ ਕੇ ਕੋ ਚਟਿਆ ਗਿਆ ਅਸਰੀ ਕਹਿੰਦੇ ਭਗਵੰਤ ਮਾਨ ਦਾ ਕਸੂਰ ਹੈ ਜਿਨ੍ਹਾਂ ਨੇ ਆ ਕੇ ਨੇਕ ਸਲਾਹ ਦਿੱਤੀ ਕਿ ਆਇਨਾ ਇਹਨਾਂ ਦੀ ਸਿਕਿਉਰਿਟੀ ਘਟਾ ਦਿੱਤੀ ਜਾਵੇ ਤੇ ਉਹ ਜਨਤਕ ਕਰ ਦਿੱਤੀ ਜਾਵੇ ਕਈ ਚੀਜ਼ਾਂ ਸੁਰੱਖਿਆ ਦੇ ਮਾਮਲੇ ਦੇ ਵਿੱਚੋਂ ਗੁਪਤ ਰੱਖੀਆਂ ਜਾਂਦੀਆਂ ਨੇ ਉਹ ਜਨਤਕ ਨਹੀਂ ਕੀਤੀਆਂ ਜਾਂਦੀਆਂ ਜੇ ਜਨਤਕ ਨਾ ਕੀਤੀ ਹੁੰਦੀ ਤਾ ਮੂਸੇ ਵਾਲੇ ਦੇ ਪਰਿਵਾਰ ਨੂੰ ਛੱਡ ਕੇ ਦੂਜੇ ਨੂੰ ਪਤਾ ਹੀ ਨਹੀਂ ਸੀ ਕਿ ਉਹਦੀ ਕਿੰਨੀ ਸੁਰੱਖਿਆ ਘਟਾਉ ਦਿੱਤੀ ਗਈ ਚਰਚਾ ਇੱਥੋਂ ਤੱਕ ਵੀ ਚੱਲੀ ਜਾਂਦੀ ਹੈ ਕਿ ਕਿਸੇ ਨੇ ਜਸੂਸੀ ਕਰਕੇ ਦੱਸਿਆ ਕਿ ਮੂਸੇ ਵਾਲਾ ਘਰੋਂ ਨਿਕਲ ਪਿਆ ਇਹਦਾ ਮਤਲਬ ਯੋਜਨਾ ਪਹਿਲਾਂ ਤੋਂ ਹੀ ਸੀ ਇਹ ਕੋਈ ਕਾਲੀ ਪੀੜ ਹੈਗੀ ਹੈ ਜਿਹੜੀ ਘਰ 'ਚ ਵੀ ਹੋ ਸਕਦੀ ਹੈ ਕੋਈ ਨੌਕਰ ਦੇ ਰੂਪ 'ਚ ਹੋ ਸਕਦੀ ਹੈ ਕੋਈ ਦੋਸਤ ਦੇ ਰੂਪ 'ਚ ਹੋ ਸਕਦੀ ਹੈ ਕੋਈ ਕਿਸੇ ਨਾ ਕਿਸੇ ਹੋਰ ਰੂਪ ਚ ਹੋ ਸਕਦੀ ਐ ਇੱਥੇ ਹਰ ਚੀਜ਼ ਬਕਿੰਦੀ ਐ ਅਰਦਾਸਬਾਨ ਨੇ ਕਿਹਾ ਸੀ ਕਿ ਇੱਥੇ ਹਰ ਚੀਜ਼ ਬਕਿੰਦੀ ਭਾ ਮਿੱਤਰਾ ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ ਹੱਸਣ ਦੀ ਆਤ ਪਾ ਮਿੱਤਰਾ ਇਹ ਜਿਹੜੀਆਂ ਘਟਨਾਵਾਂ ਨਾਲ ਵਾਪਰੀਆਂ ਹੋਈਆਂ ਨੇ ਇਹਨਾਂ ਦਾ ਬਾਰੇ ਕਹਿਣਾ ਬਹੁਤ ਐ ਪਰ ਜਿਹਦੇ ਕਰਦਾ ਜबान ਪੁੱਤ ਚਲਿਆ ਗਿਆ ਕਦੇ ਉਹਦੇ ਬਾਰੇ ਸੋਚਿਆ ਕਰੋ ਫਿਰ ਆਪਾਂ ਉਸ ਤਰ੍ਹਾਂ ਦੇ ਕਮੈਂਟ ਕਰ ਲਈਏ ਹੁਣ ਭਗਵੰਤ ਮਾਨ ਸਾਹਿਬ ਦੇ ਬਹੁਤ ਸਾਰੇ ਖਾਸਮ ਖਾਸ ਹੋ ਸਕਦੇ ਨੇ ਜਿਨ੍ਹਾਂ ਨੂੰ ਇਹ ਗੱਲ ਚੁਭਣ ਗਈਆਂ ਤੇ ਹੈ ਤਾਂ ਸਾਡਾ ਵੀ ਛੋਟਾ ਭਰਾ ਆ ਹੁਣ ਰਾਜ ਦਾ ਮੁਖੀ ਹੈ ਜਵਾਬ ਤਾਂ ਉਹਨੇ ਹੀ ਦੇ ਰਹੇ ਪਹਿਲਾਂ ਲੋਕਾਂ ਤੋਂ ਜਵਾਬ ਮੰਗਦਾ ਹੁੰਦਾ ਸੀ ਹੁਣ 75 ਦਿਨਾਂ ਦੇ ਵਿੱਚ ਨੂੰ ਪਤਾ ਲੱਗ ਗਿਆ ਕਿ ਜਵਾਬ ਦੇਣੇ ਵੀ ਪੈਂਦੇ ਨੇ ਇਸ ਕਰਕੇ ਜਿਹੜੀ ਉਂਗਲ ਦੂਜੇ ਵੱਲ ਪਾਸੇ ਕਰਦੇ ਆ ਤੇ ਤਿੰਨ ਆ ਆਪਨੇ ਵਾਲੇ ਪਾਸੇ ਨੇ ਨਾ ਜੀ ਇਹਦੇ ਬਾਰੇ ਸੋਚ ਲਈਏ ਫਿਰ ਛੇਤੀ ਛੇਤੀ ਬੰਦਾ ਦੂਜੇ ਤੇ ਸਵਾਲ ਨਹੀਂ ਕਰਦਾ ਜੀ ਜੀ ਜੇਕਰ ਗੱਲ ਕੀਤੀ ਆਵੇ 1984 ਦੀ ਤਾਂ ਜੂਨ ਮਹੀਨੇ ਦੇ ਵਿੱਚ ਇੱਕ ਵੱਡਾ ਕੱਲੂਕਾਰਾ ਵਾਪਰਦਾ ਜਿਸ ਨੇ ਸਿੱਖਾਂ ਦੇ ਜਿਹੜੇ ਹਿਰਦੇ ਨੇ ਉਹ ਬਲੁੰਦਰ ਕੇ ਰੱਖ ਦਿੱਤੇ ਸੀਗੇ ਜਿਸ ਨੂੰ ਲੈ ਕੇ ਹੁਣ ਉਹ ਸੁਰੱਖਿਆ ਜਿਹੜੀ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਹਾਈਲਾਈਟ ਵੀ ਜਾਰੀ ਕੀਤਾ ਗਿਆ ਤੇ ਜਿਹੜਾ ਪੰਜਾਬ ਦਾ ਪਾਰਾ ਜਿਹੜਾ ਉਹ ਵੀ ਚੜਨਾ ਸ਼ੁਰੂ ਹੋ ਗਿਆ ਦੇ ਕੋ ਹਰ ਸਾਲ ਇਹ ਜਿਹੜੀ ਕਟੜਾਂ ਉਸ ਵੇਲੇ ਵਾਪਰੀ ਜੂਨ 1984 ਦੇ ਵਿੱਚ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਹੀਦੀ ਦਿਵਸ ਮਨਾਉਣ ਵਾਸਤੇ ਸੰਗਤਾਂ ਦਰਬਾਰ ਸਭ ਗਈਆਂ ਹੋਈਆਂ ਸੀ ਇਹ ਬਹੁਤ ਵੱਡੇ ਸਵਾਲ ਨੇ ਕਿਉਂ ਹੋਇਆ ਉਹਦੇ ਪਿੱਛੇ ਕੌਣ ਆਏ ਅਜੇ ਤੱਕ ਸਾਰੀ ਦੁਨੀਆ ਨੂੰ ਪਤਾ ਕਿ ਇਹ ਸਿਆਸਤਦਾਨਾਂ ਦੀ ਗੰਦੀ ਸਿਆਸਤ ਦੀ ਪੇਂਟ ਸੀ ਉਹਦੇ ਵਿੱਚ ਚੌਕਸੀ ਦੇ ਪੱਖ ਤੋਂ ਸਰਕਾਰ ਕਿਸੇ ਦੀ ਵੀ ਹੋਵੇ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਹੋਵੇ ਕੈਪਟਨ ਅਮਰਿੰਦਰ ਸਿੰਘ ਦੀ ਹੋਵੇ ਬੀਬੀ ਪੱਠਲ ਦੀ ਹੋਵੇ ਚਰਨਜੀਤ ਚੰਨੀ ਦੀ ਹੋਵੇ ਤੇ ਹੁਣ ਭਗਵੰਤ ਮਾਨ ਦੀ ਹੋਵੇ ਇਹਨਾਂ ਦਿਨਾਂ ਨੂੰ ਬਹੁਤ ਚੌਕਸੀ ਵਜੋਂ ਵਰਤਿਆ ਜਾਂਦਾ ਹੈ ਇੱਕ ਪਾਸੇ ਪੰਜਾਬ ਦਾ ਡੀਜੀਪੀ ਕਹਿੰਦਾ ਸੀ ਬਹੁਤ ਚੌਕਸੀ ਕਰਤੀ ਹੈ ਤੇ ਆਟੋਮੈਟਿਕ ਹਥਿਆਰ ਜਿਹੜੇ ਵਿਦੇਸ਼ਾਂ ਤੋਂ ਆਏ ਇਹਨੂੰ ਗੱਡੀਆਂ ਦੇ ਵਿੱਚ ਲੈ ਕੇ ਸ਼ਰਮ ਇਹ ਲੋਕ ਤੁਰੇ ਫਿਰਦੇ ਆ ਤੇ ਕਿੱਥੇ ਸੀ ਇਹਨਾਂ ਦੀ ਉਹ ਸੂਚਨਾ ਜਿਹੜੀ ਇਹਨਾਂ ਤੱਕ ਪਹੁੰਚੀ ਨਹੀਂ ਅਸੀਂ ਹੁਣ ਤੱਕ ਦੇਖਦੇ ਆਏ ਹਾਂ ਕਿ ਸੱਪ ਨਿਕਲਦਾ ਹੈ ਲਕੀਰਾਂ ਦੇ ਸੁੱਟੇ ਮਾਰ-ਮਾਰ ਕੇ ਠਾਠਾ ਕਰੀ ਜਾਂਦੇ ਨੇ ਜਦੋਂ ਉਹ ਸਾਰਾ ਕੁਝ ਬਾਪਰ ਜਾਂਦਾ ਹੈ 10 ਕਿ ਦਿਨ ਬੜਾ ਹੂ ਕਾ ਘਪਟਣਗੇ ਹੂ ਹੂ ਕਰਦੀਆਂ ਗੱਡੀਆਂ ਘੁੰਮਣ ਗਈਆਂ ਉਦੋਂ ਬਾਅਦ ਤੂੰ ਕਹੋਂ ਤੇ ਮੈਂ ਕਹਾਂ ਜੀ ਜੀ ਇਸ ਦੇ ਨਾਲੇ ਜੇਕਰ ਗੱਲ ਕੀਤੀ ਜਾਵੇ ਖੇਡ ਜਗਤ ਦੀਆਂ ਹਾਕੀ ਦੀ ਟੀਮ ਜਿਹੜੀ 2022 ਦੇ ਵਿੱਚ ਭਾਰਤ ਨੇ ਜਾਪਾਨ ਨੂੰ ਹਰਾਇਆ ਜਿਹਦੇ ਬਾਰੇ ਕੀ ਕਹਿੰਦੇ ਇਹ ਬਹੁਤ ਵੱਡੀ ਗੱਲ ਹੈ ਜੀ ਭਾਰਤ ਦੀ ਟੀਮ ਨੇ ਜਾਪਾਨ ਨੂੰ ਹਰਾ ਕੇ ਸ਼ਾਇਦ ਕਾਸੀ ਦਾ ਤੱਕਵਲ ਜਿੱਤੇ ਹੈ ਜੀ ਚਲੋ ਇਸ ਗੱਲ ਦਾ ਸ਼ੁਕਰ ਹੈ ਪਹਿਲਾ ਸਾਡੀ ਟੀਮ ਦੀ ਕਾਰਗੁਜ਼ਾਰੀ ਹਾਕੀ ਦੀ ਕਾਫੀ ਬੱਤਿਆ ਰਹੀ ਹੈ ਤੇ ਪ੍ਰਗਟ ਸਿੰਘ ਜਿਹੜੇ ਖੁਦ ਕਪਤਾਨ ਰਹੇ ਨੇ 10 ਸਾਲ ਉਹਨਾਂ ਨੇ ਕਿਹਾ ਸੀ ਕਿ ਇਸੇ ਟੀਮ ਨੂੰ ਖੜਾਇਆ ਜਾਵੇ ਉਹ ਸਹੂਲਤਾਂ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਮਿਲਦੀਆਂ ਨੇ ਉਹ ਇਹਨਾਂ ਖਿਡਾਰੀਆਂ ਨੂੰ ਵੀ ਦਿੱਤੀਆਂ ਜਾਣ ਇਹਨਾਂ ਦੇ ਜੋਗ ਪ੍ਰਬੰਧ ਹੋਣ ਇਨਾਂ ਨੂੰ ਕਿਸੇ ਕਿਸਮ ਦਾ ਫਿਕਰਫਕਾ ਨਾ ਹੋਵੇ ਔਰ ਇਹ ਟੀਮ ਸਾਡੀ ਬਹੁਤ ਵਧੀਆ ਟੀਮ ਹੈ ਚੰਗੇ ਨਤੀਜੇ ਕੱਢ ਸਕਦੀ ਹੈ ਜੇ ਹੁਣ 81 ਤੱਕ ਗਏ ਨੇ ਤਾਂ ਆਸ ਰੱਖਣੀ ਚਾਹੀਦੀ ਹੈ ਕਿ ਜਦੋਂ ਅਗਲੇ 올림픽 24 ਦੇ ਵਿੱਚ ਆਉਣ ਤਾਂ ਅਸੀਂ ਉਸ ਵੇਲੇ ਸੋਨੇ ਦਾ ਤਗਮਾ ਹਾਸਲ ਕਰਕੇ ਪਰਤ ਕੇ ਜੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਸਰਕਾਰ ਬਣਨ ਤੋਂ ਪਹਿਲਾਂ ਦਾਅਵੇ ਕੀਤੇ ਜਾਂਦੇ ਸਨ ਕਿ ਪੰਜਾਬ ਦੇ ਵਿੱਚ ਜਿਹੜਾ ਕੋਈ ਵੀ ਧਰਨਾ ਨਹੀਂ ਲੱਗੇਗਾ ਤਾਨੂੰ ਦੱਸਦੀ ਕਿ 10 ਤਰੀਕ ਨੂੰ ਜਿਹੜਾ ਅਗਲਾ ਧਰਨਾ ਲੱਗਣ ਨੂੰ ਤਿਆਰ ਆ ਆੜਤੀਆ ਬਲੂਟਲ ਸਭਾ ਦੇ ਬਾਰੇ ਕੀ ਕਹਣਾ ਹੈ ਆੜਤੀਆ ਦੇ ਪ੍ਰਧਾਨ ਨੇਗੇ ਆੜਤੀ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਇਹ ਮਿਸਟਰ ਵਿਜੇ ਕਲੜਾ ਨੇ ਪੰਜਾਬ ਸਰਕਾਰ ਨੇ ਇਸ ਵਾਰ ਐਲਾਨ ਕੀਤਾ ਕਿ ਤੁਸੀਂ ਮੂੰਗੀ ਬੀਜੋ ਕੁਝ ਹੋਰ ਫਸਲਾਂ ਦੇ ਉੱਤੇ ਤੁਹਾਨੂੰ ਅਸੀਂ ਐਮਐਸਪੀ ਦੇਵਾਂਗੇ ਤੇ ਸਹਿਕਾਰੀ ਸੁਭਾਵਾਂ ਰਾਹੀਂ ਮਾਰਕੀਟ ਖਰੀਦੇਗਾ ਉਦੇ ਵਿੱਚੋ ਜਿਹੜੀ ਆੜਤੀਆਂ ਦੀ ਭੂਮਿਕਾ ਪਾਸੇ ਕਰ ਦਿੱਤੀ ਗਈ ਹੈ ਇੱਕ ਕਿਸਮ ਨਾਲ ਹੁਣ ਤੱਕ ਭਗਵੰਤ ਮਾਨ ਸਾਹਿਬ ਦੀ ਸਰਕਾਰ ਸੱਤਾ ਚ ਆਉਣ ਤੋਂ ਪਹਿਲਾਂ ਖੁਦ ਮਾਨ ਸਾਹਿਬ ਇਹ ਕਹਿੰਦੇ ਹੁੰਦੇ ਸੀ ਕਿ ਆੜਤੀਆਂ ਦਾ ਬਹੁਤ ਵੱਡਾ ਰਿਸ਼ਤਾ ਹੈ ਇਸ ਸਰਕਾਰਾ ਕਰਦੀਆਂ ਕੀ ਨੇ ਕੋਈ ਸਵਾ ਸੀ ਬੀਬੀ ਸੁਸ਼ਮਾ ਸਬਰਾਜ ਡਾਕਟਰ ਮਨਮੋਨ ਸਿੰਘ ਦੀ ਸਰਕਾਰ ਹੁੰਦੀ ਸੀ ਤੇ ਬੀਬੀ ਜੀ ਹੁੰਦੇ ਸੀਗੇ ਬ੍ਰੋਡਿਟਰ ਦੇ ਆਗੂ ਤੇ ਇਹਨਾਂ ਬੀਬੀ ਜੀ ਨੇ ਐਲਾਨ ਕੀਤਾ ਸੀ ਪਾਰਲੀਮੈਂਟ ਦੇ ਵਿੱਚ ਖੜ ਕੇ ਕਿ ਜਿਹੜੇ ਆੜਤਗੇ ਨੇ ਇਹ ਤਾਂ ਕਿਸਾਨਾਂ ਦੇ ਏਟੀਐਮ ਨੇ ਜਦੋਂ ਜੀ ਕਰਦਾ ਉਹਨਾਂ ਤੋਂ ਪੈਸੇ ਲੈ ਆਉਂਦੇ ਨੇ ਤੁਸੀਂ ਇਹਨਾਂ ਨੂੰ ਕ੍ਰੈਡਿਟ ਕਾਰਡ ਕਹਿ ਸਕਦੇ ਹੋ ਜਿਵੇਂ ਕ੍ਰੈਡਿਟ ਕਾਰਡ ਦੇ ਵਿੱਚ ਵੀ ਵਿਆਜ ਨਾਲ ਰਕਮ ਰਾਸ਼ੀ ਵਾਪਸ ਕਰ ਦਿੱਤੀ ਜਾਂਦੀ ਹੈ ਇੱਥੇ ਵੀ ਹੋ ਸਕਦੀ ਸੀ ਇਹ ਗੱਲ ਇਹਨਾਂ ਨੇ ਕਹੀ ਹੈ ਉਦੋਂ ਕਹੀ ਸੀ ਤੇ ਅੱਜ ਆੜਤੀਆਂ ਨੂੰ ਪਾਸੇ ਕਰ ਦਿੱਤਾ ਗਿਆ ਜਿਸ ਕਰਕੇ ਆੜਤੀਏ ਕਹਿੰਦੇ ਕਿ 10 ਜੂਨ ਵਾਲੇ ਦਿਨ ਉਹਨਾਂ ਨੇ ਠੀਕ ਸਮਾਂ ਰੱਖਿਆ ਆਪਣਾ ਉਦੋਂ ਤੱਕ ਕਿ ਘੱਲੂਕਾਰਾ ਦਿਵਸ ਲੰਘ ਜਾਵੇਗਾ ਤੇ ਫਿਰ ਉਹ ਇਸ ਮਾਮਲੇ ਦੇ ਵਿੱਚ ਆਪਣੀ ਗੱਲ ਰੱਖਣਗੇ ਤੇ ਉਹ ਕਹਿੰਦੇ ਸੜਕਾਂ ਜਾਮ ਵੀ ਅਸੀਂ ਕਰਾਂਗੇ ਇਹ ਸਰਕਾਰ ਨੂੰ ਪਤਾ ਨਹੀਂ ਕਿਉਂ ਜਦੋਂ ਇਹ ਸੀਟ ਤੇ ਬਹਿ ਜਾਂਦੇ ਨੇ ਇਹ ਸਾਰਾ ਕੁਝ ਪੁੱਠਾ ਦਿਸਣ ਲੱਗ ਜਾਂਦਾ ਹੈ ਉਦੋਂ ਪਹਿਲਾਂ ਇਹ ਬੜੀਆਂ ਮੰਗਾ ਠਾਉਂਦੇ ਨੇ ਆ ਬੜਗਾ ਜ਼ਰੂਰੀ ਮੰਗਾ ਨਹੀਂ ਜੀ ਇਹ ਤਾਂ ਗੱਲ ਕਰਨੀ ਚਾਹੀਦੀ ਹੈ ਜੀ ਇਹ ਤਾਂ ਭਲਾਨਾ ਹੋਣੀ ਚਾਹੀਦੀ ਹੈ ਜੀ ਬਾਅਦ ਦੇ ਵਿੱਚ ਇਹ ਗੱਲਾਂ ਨਹੀਂ ਕੀਤੀਆਂ ਜਾਂਦੀਆਂ ਮੇਰੀ ਸਨੇਮਰ ਬੇਨਤੀ ਹੈ ਕਿ ਆੜਤਕੇ ਨੇ ਠੇਕਾ ਮਲਾਜਮ ਨੇ ਕੋਈ ਹੋਰ ਹੈ ਤੁਸੀਂ ਗੱਲਾਂ ਤਾਂ ਬਹੁਤ ਕੀਤੀਆਂ ਸੀ ਹੁਣ ਭੱਜ ਗਿਓ ਭੱਜੋ ਨਾ ਸਰਕਾਰ ਬਣਾਈ ਹੈ ਜ਼ਿੰਮੇਵਾਰੀ ਤੁਹਾਡੀ ਬਣਦੀ ਹੈ ਤੇ ਉਹ ਜ਼ਿੰਮੇਵਾਰੀ ਦਾ ਅਹਿਸਾਸ ਕਰੋ ਤੇ ਲੋਕਾਂ ਨੂੰ ਜਿਹੜੀਆਂ ਗਰੰਟੀਆਂ ਦਿੱਤੀਆਂ ਨੇ ਉਹ ਗਰੰਟੀਆਂ ਤੇ ਖਰਾ ਉਤਰਨ ਦਾ ਯਤਨ ਕਰੋ ਜੀ ਮੁਤਵੱਜੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਕੱਲੂ ਘਾਰੇ ਨੂੰ ਲੈ ਕੇ ਸਿੱਖ ਕੌਮ ਨੂੰ ਸਮਰਪਿਤ ਇੱਕ ਸੰਦੇਸ਼ ਆ ਜਿਹੜਾ ਉਹ ਜਾਰੀ ਕੀਤਾ ਉਹਨਾਂ ਨੇ ਤਿਹਾਰਡ ਜੇਲ ਦੇ ਵਿੱਚ ਇੱਕ ਸੰਦੇਸ਼ ਭੇਜਿਆ ਤੇ ਜਿਹੜਾ ਪ੍ਰੋਫੈਸਰ ਬਲਜਿੰਦਰ ਸਿੰਘ ਹੋਰਾ ਨੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਿੱਥੇ ਘੰਟਾ ਕਰ ਪਲਾਜਾ ਉਹਦੇ ਕੋਲ ਖੜ ਕੇ ਉਹ ਪੜ ਕੇ ਸੁਣਾਇਆ ਹੈ ਉਹਨਾਂ ਨੇ ਕਿਹਾ ਕਿ ਬਾਣੀ ਤੇ ਬਾਣੇ ਦੇ ਧਾਰ ਨਹੀਂ ਹੋਵੋ ਅਸਲ ਬਿਮਾਰੀ ਇਸੇ ਗੱਲ ਦੀ ਹੈ ਕਿ ਅਸੀਂ ਬਾਣੀ ਤੇ ਬਾਣੇ ਦੇ ਧਾਰਦੇ ਨਹੀਂ ਹੁੰਦੇ ਜਿਹੜੇ ਹੋਰ ਵੀ ਉੱਥੇ ਬੈਠੇ ਨੇ ਕਿਉਂ ਇਹਨਾਂ ਗੱਲਾਂ ਤੇ ਪਹਿਰਾ ਦੇ ਰਹੇ ਨੇ ਦੂਜੀ ਚੀਜ਼ ਉਹਨਾਂ ਨੇ ਕਿਹਾ ਕਿ ਉੱਚੇਰੀ ਸਿੱਖਿਆ ਪੜ੍ਹਾਓ ਤੇ ਖੋਜੀ ਵਰਤੀ ਸਾਡੇ ਨੌਜਵਾਨਾਂ ਨੂੰ ਸਿਖਾਓ ਤਾਂ ਜੋ ਉਹ ਨੌਜਵਾਨ ਇਸ ਸਿੱਖੀ ਦਾ ਹੋਰ ਪ੍ਰਸਾਰ ਕਰ ਸਕਣ ਨਾਲ ਹੀ ਜਿਹੜੇ ਸਿੱਖੀ ਤੇ ਚੁਫੇਰੀਆਂ ਖਤਰੇ ਤੇ ਹਮਲੇ ਹੋ ਰਹੇ ਨੇ ਉਹਨਾਂ ਨੂੰ ਸਮੁੱਚੀ ਕੌਮ ਇੱਕ ਥਾਂ ਇਕੱਤਰ ਹੋ ਕੇ ਉਹਨਾਂ ਨੂੰ ਬਚਾਵੇ ਜੀ 2024 ਨੂੰ ਲੈ ਕੇ ਮਮਤਾ ਦਾ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਇਹ ਕਿ ਬੀਜੇਪੀ ਦੇ ਜਿਹੜੀ ਉਹ ਲੋਕ ਸਭਾ ਦੇ ਵਿੱਚ ਨੋ ਐਂਟਰੀ ਹੋਵੇਗੀ। ਬੀਬੀ ਮਮਤਾ ਬੈਨਰਜੀ ਅੱਜ ਪਹਿਲੇ ਦਿਨ ਤੋਂ ਇਹ ਗੱਲ ਨਹੀਂ ਕਰਦੇ ਆ ਰਹੇ। ਜਿਸ ਵੇਲੇ ਉਹਨਾਂ ਨੇ ਪਿਛਲੇ ਸਾਲ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪ੍ਰਚਾਰ ਕੀਤਾ ਉਹਨਾਂ ਦੇ 6 ਵੱਜ ਗਈ ਉਹਨਾਂ ਦੀ ਲੱਤ ਜ਼ਖਮੀ ਹੋ ਗਈ। ਤੇ ਜਦੋਂ ਡਾਲਚ ਜਾਂਦੇ ਸੀ ਉਹਨਾਂ ਦੀ ਲੱਤ ਜਾਂ ਉਹਨਾਂ ਨੂੰ ਫੌੜੀਆਂ ਦੇ ਸਹਾਰੇ ਮੰਚ ਤੇ ਲਜਾਇਆ ਜਾਂਦਾ ਸੀ ਜਾਂ ਵਿਆਹੀ ਬੀਲ ਚੇਰ ਦੇ ਨਾਲ ਉਸ ਵੇਲੇ ਵੀ ਉਹਨਾਂ ਨੇ ਕਿਹਾ ਸੀ ਕਿ ਇੱਕ ਲੱਤ ਦੇ ਨਾਲ ਬੰਗਾਲ ਸਰ ਕਰਨਾ ਹੈ ਤੇ ਫਿਰ ਦੁਨਾਂ ਲੱਤਾਂ ਤੇ ਮਿਹਨਤ ਕਰਕੇ ਇਹਨੂੰ ਭਾਪ ਬੀਜਪੀ ਨੂੰ ਸਰਕਾਰ ਤੋਂ ਬਾਹਰ ਕਰਨਾ ਹੈ ਭਾਪ ਬੀਜਪੀ ਦੇ ਜਿਹੜੇ ਕਾਰਕੁਨ ਨੇ ਕਿ ਪਾਰਲੀਮੈਂਟ ਚ ਨਹੀਂ ਆਉਣਗੇ ਇਸ ਲਈ ਕਿਹੜੀਆਂ-ਕਿਹੜੀਆਂ ਖੇਤਰੀ ਪਾਰਟੀਆਂ ਉਹਨਾਂ ਦੇ ਨਾਲ ਰਲ ਕੇ ਚੱਲਦੀਆਂ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਉਹਨਾਂ ਨੇ ਜਿਹੜੀ ਇਹ ਗੱਲ ਕਹਿਤੀ ਇਹਦਾ ਮਤਲਬ ਕੀ ਹੈ ਕਿ 2024 ਦੇ ਵਿੱਚ ਇਸ ਭਾਰਤੀ ਜਨਤਾ ਪਾਰਟੀ ਨੂੰ ਪਾਰਲੀਮੈਂਟ ਚੋਂ ਬਾਹਰ ਕਰਕੇ ਖੇਤਰੀ ਪਾਰਟੀਆਂ ਆਪਣਾ ਪਰਚਮ ਲਹਿਰਾਉਣ ਵਾਲੇ ਪਾਸੇ ਜਾਣਗੀਆਂ ਜੀ ਧੰਨਵਾਦ ਜੀ ਇਹ ਸੰਸਾਡ ਨਾਲ ਡੀ5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਜਿਨ੍ਹਾਂ ਨੇ ਬਕੋ ਬਕਰੇ ਮੁੱਦੇ ਤੇ ਚਰਚਾ ਕੀਤੀ ਹੈ ਹੁਣ ਦੇਖਣਾ ਹੋਊਗਾ ਕਿ ਸਿੱਧੂ ਪਰਿਵਾਰ ਨੂੰ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਸਰਕਾਰ ਕਦੋਂ ਇਨਸਾਫ ਦਿੰਦੀ ਹੈ ਕਿਉਂਕਿ ਮਾਤਾ ਪਿਤਾ ਨੇ ਆਪਣਾ ਇਕਲੌਤਾ ਪੁੱਤ ਹੀਰੇ ਵਰਗਾ ਜਿਹੜਾ ਇਸ ਦੁਨੀਆ ਤੋਂ ਤੋਰ ਦਿੱਤਾ ਜਿਸ ਨੇ ਛੋਟੀ ਜਿਹੀ ਉਮਰ ਦੇ ਵਿੱਚ ਇੱਕ ਵੱਡਾ ਨਾਮ ਕਮਾਇਆ ਸੀ ਪਰ ਹੁਣ ਦੇਖਣਾ ਹੋਊਗਾ ਕਿ ਕਈ ਦਿਨ ਬੀਤੇ ਜਾਣ ਤੋਂ ਬਾਅਦ ਵੀ ਹਾਲੇ ਤੱਕ ਸਰਕਾਰ ਦੇ ਹੱਥ ਖਾਲੀ ਨੇ ਤੇ ਸਰਕਾਰ ਇਸ ਦਾ ਇਨਸਾਫ ਕਿੰਨੇ ਕੁ ਦਿਨਾਂ ਦੇ ਵਿੱਚ ਪਰਿਵਾਰ ਨੂੰ ਜਿਹੜਾ ਉਹ ਦਬਾਉਂਦੀ ਹੈ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਧੰਨਵਾਦ